ਵਕਤ ਦੀ ਬਹੁਤ ਵੱਡੀ ਖ਼ਬਰ, ਜੇ ਤੁਸੀਂ ਵੀ ਪਲੱਸ ਟੂ ਕਰਕੇ ਆਈਲੈਟ ਕੀਤੀ ਹੋਈ ਕੁੜੀ ਨਾਲ ਵਿਆਹ ਕਰਾ ਕੇ ਕੈਨੇਡਾ ਜਾਣ ਦੀ ਸੋਚ ਰਹੇ ਹੋ ਤਾਂ ਇੱਥੇ ਹੀ ਰੁਕ ਜਾਓ, ਕਿਉਂਕਿ ਸਪੋਜ਼ ਨੂੰ ਹੁਣ ਓਪਨ ਵਰਕ ਪਰਮਿਟ ਨਹੀਂ ਮਿਲੇਗਾ। ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰ ਮਾਰਸਮੈਲਰ ਦਾ ਬਿਆਨ ਆਇਆ, ਜਿਵੇਂ ਇੰਟਰਨੈਸ਼ਨਲ ਸਟੂਡੈਂਟ ਹੁਣ ਕੈਨੇਡਾ ਦੇ ਵਿੱਚ ਆ ਰਹੇ ਨੇ ਉਹਨਾਂ ਨੂੰ ਹੁਣ ਅੱਗੇ ਵਰਕ ਪਰਮਿਟ ਨਹੀਂ ਮਿਲੇਗਾ, ਚਾਹੇ ਉਹ ਪਬਲਿਕ ਕਾਲਜ ਦੇ ਵਿੱਚ ਸਟੱਡੀ ਕਰਨ ਚਾਹੇ ਫਿਰ ਕਿਸੇ ਪ੍ਰਾਈਵੇਟ ਕਾਲਜ ਵਿੱਚ, ਉਹਨਾਂ ਨੂੰ ਹੁਣ ਵਰਕ ਪਰਮਿਟ ਨਹੀਂ ਮਿਲਣਾ। ਸਰਕਾਰੀ ਟੈਂਪਰੇਰੀ ਪਾਲਿਸੀ ਲੈ ਕੇ ਆਈ ਹੈ ਅਗਲੇ ਦੋਵਾਂ ਸਾਲਾਂ ਲਈ, ਤੇ ਇਹਦੇ ਨਾਲ ਨਾਲ ਉਹਨਾਂ ਨੇ ਇੱਕ ਹੋਰ ਅਪਡੇਟ ਦਿੱਤੀ ਹੈ ਕਿ ਜਿਹੜੇ ਸਪਾਊਸ ਵੀਜ਼ੇ ਤੇ ਆਉਂਦੇ ਸੀ ਉਹ ਵੀ ਹੁਣ ਪੂਰੀ ਤਰ੍ਹਾਂ ਬੰਦ ਹੋਣਗੇ, ਤੇ ਵੀਜ਼ਾ ਸਿਰਫ ਉਹਨਾਂ ਨੂੰ ਮਿਲੇਗਾ ਜਿਹੜੇ ਇੱਥੇ ਮਾਸਟਰਸ ਕਰਦੇ ਪਏ ਨੇ ਜਾਂ ਫਿਰ ਜਿਹੜੇ ਡਾਕਟਰੀ ਲਾਈਨ 'ਚ ਕੋਈ ਸਟੱਡੀ ਕਰਦੇ ਨੇ ਉਹਨਾਂ ਨੂੰ ਹੀ ਮਿਲੇਗਾ। ਸਿੱਧੇ ਸ਼ਬਦਾਂ 'ਚ ਕਹੀਏ ਕਿ ਜਿਹੜੇ ਪਲੱਸ ਟੂ ਵਾਲੇ ਸਟੱਡੀ ਕਰਦੇ ਨੇ ਉਹ ਆਪਣੇ ਸਪਾਊਸ ਨੂੰ ਨਹੀਂ ਸੱਦ ਸਕਦੇ ਤੇ ਉਹਨਾਂ ਨੂੰ ਓਪਨ ਵਰਕ ਪਰਮਿਟ ਵੀ ਜੋ ਆ ਨਹੀਂ ਮਿਲ ਸਕਦਾ। ਔਰ ਇਸ ਦੇ ਚੱਲਦੇ ਸੋਸ਼ਲ ਮੀਡੀਆ ਤੇ ਲੋਕ ਕਿਵੇਂ ਦੀਆਂ ਪੋਸਟਾਂ ਪਾ ਰਹੇ ਨੇ ਉਹ ਵੀ ਤੁਸੀਂ ਅੱਗੇ ਜ਼ਰੂਰ ਵੇਖਿਓ। ਕਿਸੇ ਨੇ ਪੋਸਟ ਪਾਈ ਹੈ ਕੈਨੇਡਾ ਦੇ ਸੁਪਨੇ ਹੁਣ ਗ੍ਰੈਜੂਏਸ਼ਨ ਵਾਲੀਆਂ ਕੁੜੀਆਂ ਦੇ ਹੀ ਪੂਰੇ ਹੋਣਗੇ, ਬਾਕੀ 12 ਵਾਲੀਆਂ ਹੁਣ ਟੱਲੀਆਂ ਵਜਾਉਣਗੀਆਂ। ਅੱਗੇ ਕਿਸੇ ਨੇ ਪੋਸਟ ਪਾਈ ਹੈ, ਖੁਸ਼ ਹੋ ਜਾਓ ਕੁੜੀਓ ਜਿਨ੍ਹਾਂ ਨੇ ਬੈਚਲਰ ਕੀਤੀ ਸੀ ਇੰਡੀਆ, ਮੁੱਲ ਪੈ ਗਿਆ ਜੇ ਤੁਹਾਡਾ, ਹੁਣ ਤੁਹਾਡੇ ਹੀ ਵਿਆਹ ਹੋਣੇ ਨੇ ਕਿਉਂਕਿ ਪਲੱਸ ਟੂ ਵਾਲੀਆਂ ਨੂੰ ਕਿਸੇ ਨੇ ਨਹੀਂ ਪੁੱਛਣਾ। ਬਹੁਤ ਵੱਡੀ ਮਾਤਰਾ 'ਚ ਜੋ ਆਈਲੈਟਸ ਦੇ ਨਾਮ ਤੇ ਵਿਆਹ ਹੋ ਰਹੀ ਸੀ, ਸੌਦੇਬਾਜ਼ੀ ਹੋ ਰਹੀ ਸੀ, ਉਹ ਹੁਣ ਬੰਦ ਹੋਣ ਵਾਲੀ ਹੈ ਕਿਉਂਕਿ ਸਪਾਊਸ ਨੂੰ ਓਪਨ ਵਰਕ ਪਰਮਿਟ ਨਹੀਂ ਮਿਲੇਗਾ। ਜਿਹਦੇ ਚੱਲਦੇ ਮਿੱਤਰੋ ਕਿਸੇ ਨੇ ਵੀ 12 ਪੜੀ ਤੇ ਹੁਣ ਪੈਸੇ ਨਹੀਂ ਲਾਉਣੇ। ਸਰਕਾਰ ਦਾ ਇਹ ਫੈਸਲਾ ਤੁਹਾਨੂੰ ਵਧੀਆ ਲੱਗਾ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ।